ਸਾਡੀ ਅਨਾਜ ਵਾਲਾ ਸਭ ਨੂੰ ਅਨਾਜ ਦੇ ਨੋਨੇ ਨੋਨੇ ਕੱਪੜੇ। ਚਲੋ ਬਾਈ ਨਾ, ਲੇਕਿਨ ਤੂੰ ਸਕੂਲ ਬੈਗ ਚੇਂਜ ਨਹੀਂ ਕਰਦੀ, ਤੈਨੂੰ ਨਵਾਂ ਸਕੂਲ ਬੈਗ ਵੀ ਲਿਆ ਕੇ ਦੇ ਤਾ, ਤੂੰ ਫੇਰ ਵੀ ਚੇਂਜ ਨਹੀਂ ਕਰਦੀ। ਓਕੇ, ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ? ਚੱਲੀਏ ਸਕੂਲੇ, ਚੱਲੀਏ। ਚਲੋ ਬਾਈ ਇਹਨੂੰ ਸਕੂਲ ਛੱਡੀਏ, ਉਸ ਤੋਂ ਬਾਅਦ ਮੈਨੂੰ ਇੱਕ ਦੋ ਕੰਮ ਹੈ ਉਹ ਵੀ ਕਰਨੇ। ਚਲੋ ਚਲੋ ਚਲੋ, ਜਿਵੇਂ ਛੱਡਿਆ ਮੈਂ ਕੰਪਨੀ, ਅਨਾਜ ਵੀ ਛੱਡਿਆ ਮੈਂ ਸਕੂਲੇ, ਅਤੇ ਹੁਣ ਮੈਂ ਘਰ ਆ ਗਿਆ। ਹੁਣ ਮੈਂ ਚਲਾਂਗਾ ਥੋੜ੍ਹਾ ਜਿਹਾ ਆਪਣੇ ਪਰਸਨਲ ਕੰਮ, ਫਿਰ ਉਸ ਤੋਂ ਬਾਅਦ ਮੈਂ ਨੈਕਸਟ ਕੰਮ ਵੱਲ ਜਾਵਾਂਗਾ। ਹੋਰ ਫਿਰ ਲੱਕੀ ਭਾਅ ਜੀ ਕੈਸੇ? ਸਕੂਲ ਜਾਂਦੇ ਹੀ ਹੈ, ਬਹਿੰਦੇ ਹੀ ਫਟਾਫਟ ਜਾ ਕੇ ਟਿਫਿਨ ਖੋਲ ਕੇ ਬੈਠ ਗਈ ਖਾਣ ਵਾਸਤੇ। ਹੈ ਅਨਾਸ ਐਸੀ ਗਿਆ ਤਾ ਆਪਣੇ तो आप तो खा के आए हो ना रोटी सारी, स्वाद लगी थी, भूख लगी थी आपको? मैडम कहती आज जाके किसी नू नहीं, कोई गाल नहीं की, बात नहीं की, पहले खाना शुरू करता है। कितनी भूख लगी थी आपको? सारा खा के आयो? हाँ मैडम ने तुझे कोल्ड ड्रिंक नहीं दी, चॉकलेट नहीं दी आपकी? एक चॉकलेट अंदर पड़ी थी, खा लेना अभी, ठीक है? मैं दे दूंगी अभी आपको आपकी चॉकलेट, ठीक है? आपके लिए केक भी रखा, केक भी खा लेना, ठीक है? चलो सारे नु सत श्री अकाल करो। चलो हूं पहले चलो सारे नु के संतरा देखो किदा खांदी है, उन्हें चूस के ओदे विच ही निचोड़ता। मैं नहीं खाऊंगी अब तेरा संतरा ऑरेंज। चलो पहले सारे नु सत श्री अकाल करो, फिर ऑरेंज खाओ। चलो हले पतीले पतूले रह गए। हाँ जी दिखाओ, ਫੇਰ ਬੈਂਡੇਡ ਲਗਵਾ ਲਈ? ਫੇਰ ਬਾਰ ਬਾਰ ਬੈਂਡੇਡ ਹੀ ਲਗਵਾ ਲੈਂਦੀ ਹੈ, ਬੈਂਡੇਡ ਲਗਾ ਦੋ, ਪਤਾ ਬਹੁਤ ਸਾਰੇ ਕੰਮ ਨੇ। ਬਾਕੀ ਸਾਰਾ ਕੰਮ ਕਰ ਲਿਆ, ਕੱਲ ਪਰਸੋਂ ਕੱਪੜੇ ਧੋਤੇ ਸੀ, ਉਹ ਅਸੀਂ ਕੱਲ ਸੁੱਕਣੇ ਹੀ ਰੱਖੇ। ਹੁਣ ਹੁਣੇ ਹੁਣੇ ਖਵਾਨੀਆਂ, ਕੇਕ ਖਵਾਨੀ ਹੁਣ ਮੈਂ ਤੈਨੂੰ। ਅਭੀ ਮੈਂ ਲਾ ਕੇ ਦੂੰਗੀ, ਆਪ ਆਪਣੇ ਆਪ ਨਹੀਂ ਲਾ ਸਕਤੇ, ਮੈਂ ਮਾਰੂੰਗੀ ਫਿਰ, ਮੈਂ ਗੁੱਸਾ ਕਰੂੰਗੀ। ਬੈਠ ਜਾਓ, ਐ ਨਹੀਂ ਸੁਣਦੀ, ਐ ਨਹੀਂ ਟਲਦੀ, ਇਹਨੂੰ ਟਾਲਣਾ ਬੜਾ ਹੀ ਔਖਾ। ਹੁਣ ਅੰਦਰ ਚਲੇ ਗਈ, ਹੁਣ ਕੇਕ ਆ ਰਹੀ, ਮੈਂ ਹਾਲੇ ਗੰਗੀ ਕਰਨੀ ਆ, ਨਾ ਤੋਂ ਬੈਠੀ ਹਾਂ, ਸਾਰਾ ਕੰਮ ਹੋ ਗਿਆ, ਕੱਪੜੇ ਕੁਪੜੇ ਤੈਅ ਲਗਾਉਣੇ ਆ, ਮੈਂ ਥੱਕ ਗਈ ਸੀ ਬਹੁਤ, ਹੁਣ ਮੈਂ ਬੈਠ ਗਈ ਹਾਂ। ਹੁਣ ਕੱਪੜਿਆਂ ਨੂੰ ਅਰਜੀ ਨੂੰ ਰੋਟੀ ਦੇ ਕੇ ਕੱਪੜੇ ਕੁਪੜੇ ਤੈਅ ਲਗਾਵਾਂਗੀ। ਇਹਨੂੰ ਫੋਨ ਤਾਂ ਮੈਂ ਦੇਣਾ ਨਹੀਂ, ਕਿਉਂਕਿ ਮੈਂ ਰਾਤੀ ਮੈਂ ਵੀ ਸੋਹਣਾ ਹੁੰਦਾ। ਹਾਂ ਮੈਂ ਆ ਗਈ, ਉਹ ਚੱਕ ਲਿਆ ਕੇਕ, ਅੱਛਾ ਤੂੰ ਕੇਕ ਲਿਆ ਹੀ, ਚੱਕ ਕੇ ਦਿਖ ਰਿਹਾ ਹੋਣਾ ਤੁਹਾਨੂੰ। ਹਾਂ ਮੈਂ ਦੇ ਰਹੀ ਹੂੰ, ਆ ਰਹੀ ਹੂੰ, ਆ ਰਹੀ ਹੂੰ, ਪਹਿਲਾਂ ਮੈਂ ਕੇਕ ਦੇ ਦਾਂ, ਨਹੀਂ ਤਾਂ ਫਿਰ ਇਹ ਕੇਕ ਵੀ ਕਰ ਦੇਣੀ ਬੱਟਾ ਦਾ ਰਹੇ ਨੇ। ਹਾਂਜੀ ਜਸਮੀਤ ਕੌਰ ਆ ਗਏ ਹੋ ਤੁਸੀਂ? ਕਿੰਨੀ ਦੇ ਵਿੱਚ, ਕਿੰਨੇ ਵਜੇ ਦੇ ਆਏ ਹੋਏ ਹੋ? ਆ ਕੇ ਚਾਹ ਪਾਣੀ ਵੀ ਪੀ ਲਈ ਹੈ, ਅਤੇ ਹੁਣ ਅਸੀਂ ਮੂੰਗਫਲੀ ਵੀ ਠੂਸ ਲਈ ਹੈ, ਹੈ ਨਾ? ਮੂੰਗਫਲੀ ਮੈਂ ਵੀ ਖਾ ਲਈ ਹੈ। ਅੱਜ ਨਾ ਮੇਰੇ ਕੰਮ 'ਚ ਫਿਰ ਦੁਬਾਰਾ ਦਰਦ ਸ਼ੁਰੂ ਹੋ ਗਈ ਸੀ, ਫਿਰ ਆਇਆ ਉਹ ਭਾਅ ਜੀ ਦਵਾਈ ਦੇਣ ਵਾਸਤੇ। ਦਿਖ ਰਹੀ ਦੱਸੋ ਵੱਧ ਹੋ ਗਈ ਉਹ। ਹੁਣ ਮੈਂ ਕੈਮਰਾ ਸਾਫ਼ ਕਰ ਰਹੀ ਪਹਿਲੇ। ਹੁਣ ਆਈ, ਹੁਣ ਆਈ, ਦੇਖ ਹੁਣ ਆਈ। ਹਾਂਜੀ ਉਹ ਫਿਰ ਬੁਲਾਇਆ ਮੈਂ ਭਾਅ ਜੀ ਨੂੰ, ਮੈਂ ਕਿਹਾ ਮੇਰੇ ਬਹੁਤ ਦਰਦ ਹੋ ਰਹੀ ਹੈ, ਅਤੇ ਉਹ ਕਹਿੰਦੇ ਕਿ ਜਿਹੜੀ ਰੀਡ ਦੀ ਹੱਡੀ ਦਾ ਗੈਪ ਹੈ ਨਾ, ਉਹ ਜਿਹੜੀ ਤੁਹਾਨੂੰ ਦੇ ਰਹੇ ਹਾਂ ਦਵਾਈ, ਉਹਦੇ ਨਾਲ ਉਹਦਾ ਜਿਹੜੀ ਬਲੋਕੇਜ ਹੈ ਉਹ ਭਰਦੀ ਪਈ ਹੈ, ਅਤੇ ਤੁਸੀਂ ਇੰਨਾ ਜ਼ਿਆਦਾ ਸਟੇਨ ਲਓਗੇ, ਤੁਰੋਗੇ ਫਿਰੋਗੇ, ਅਤੇ ਤੁਹਾਡੀ ਉਹ ਗੈਪ ਭਰੇਗਾ ਨਹੀਂ ਫਿਰ,
ਤੇ ਇਸ ਕਰਕੇ ਪਰ 5 ਦਿਨਾਂ ਚ ਕਹਿੰਦੇ ਤੁਹਾਨੂੰ ਫਰਕ ਤੇ ਪੈ ਗਿਆ। ਮੈਂ ਕਿਹਾ ਹਾਂ ਫਰਕ ਪੈ ਗਿਆ। ਹੁਣ 1 ਮਹੀਨੇ ਦੀ ਦਵਾਈ ਮੈਂ ਖਾਣੀ ਹੈ। ਹੁਣ ਜਸਮੀਤ ਆਈ ਹੈ। ਜਸਮੀਤ ਨੇ ਅੱਜ ਸਵੇਰੇ ਲੇਟ ਹੋ ਗਈ ਸੀ, ਇਹਦੀ ਤਬੀਅਤ ਠੀਕ ਨਹੀਂ ਸੀ, ਇਹ ਖਾ ਕੇ ਨਹੀਂ ਗਈ, ਫਿਰ ਇਹਨੂੰ ਗੈਸ ਬਣ ਗਈ ਹੈ, ਫਿਰ ਬੈਂਕੀ ਚ ਇਹਦੀ ਤਬੀਅਤ ਖਰਾਬ ਹੋ ਗਈ ਹਨਾ। ਸਾਡੇ ਘਰ ਹੁਣ ਫਿਰ ਸਾਡੇ ਘਰ ਇੱਕ ਹੋਰ ਮਹਿਮਾਨ ਆ ਰਿਹਾ ਹੁਣੇ ਫਰੀਦਾਬਾਦ ਤੋਂ। ਸਾਡੇ ਘਰ ਅੱਜ ਕੱਲ੍ਹ ਲੜੀ ਲੱਗੀ ਹੋਈ ਹੈ। ਜਦੋਂ ਆਉਣਗੇ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਕੌਣ ਆਇਆ ਫਰੀਦਾਬਾਦ ਤੋਂ, ਠੀਕ ਹੈ। ਆਏਗੇ ਨਾ ਫਿਰ ਵਲੌਗ ਬਣਾਵਾਂਗੇ ਅਸੀਂ। ਅਤੇ ਉਹਨਾਂ ਦੀ ਡਿਮਾਂਡ 'ਤੇ ਅਸੀਂ ਬਣਾਏ ਆ ਰਾਜਮਾਂਹ ਅਤੇ ਚਾਵਲ, ਨਾਲ ਬਣਾਇਆ ਅਸੀਂ ਰਾਇਤਾ। ਹੁਣ ਜਿਹੜੀ ਹੋਰ ਸਬਜ਼ੀ ਖਾਣੀ ਹੋਏਗੀ, ਆਲਰੇਡੀ ਪਨੀਰ ਸਾਡੇ ਪਿਆ ਹੋਇਆ, ਫਿਰ ਅਸੀਂ ਉਹ ਪਨੀਰ ਬਣਾ ਲਵਾਂਗੇ। ਆਹ ਦੇਖੋ ਤਾਂ ਮੂੰਗਫਲੀ ਦੇ ਛਿਲਕੇ, ਅਨਾਜ ਦਿਖਾਈ ਦੇ ਨਾ, ਮੂੰਗਫਲੀ ਦੇ ਛਿਲਕੇ ਲੈ ਦੇ, ਮੂੰਗਫਲੀ ਦੇ ਛਿਲਕਿਆਂ ਦੀ ਆਈਸਕ੍ਰੀਮ ਬਣਾਤੀ ਹੈ। ਉਹ ਕੱਪ 'ਚ ਪਾ ਕੇ ਚਮਚ ਨਾਲ ਲੱਗੀ ਹੋਈ ਹੈ। ਦੱਸੋ ਦੱਸੋ ਇਹ ਵੀ ਹੋਤਾ ਹੈ। ਇਹ ਕੀ ਕਰ ਰਹੀ ਹੈ? ਤੁਹਾਨੂੰ ਬੜੀ ਹੈਰਾਨਗੀ ਦੀ ਗੱਲ ਦੱਸਾਂ, ਪਰਸੋਂ ਚੌਥ ਦੇ ਸੱਟ ਲੱਗੀ ਸੀ ਨਾ, ਕੱਲ੍ਹ ਜਦੋਂ ਪਾਠ ਹੋ ਰਿਹਾ ਸੀ ਨਾ, ਇੱਕਦਮ ਅਚਾਨਕ ਹੀ ਰੋਣਾ ਸ਼ੁਰੂ ਕਰਤਾ। ਹਾਏ ਮੇਰੇ ਦਰਦ, ਹਾਏ ਮੇਰੇ ਦਰਦ, ਪਰਸੋਂ ਦੀ ਸੱਟ ਲੱਗੀ, ਕੱਲ੍ਹ ਯਾਦ ਆਈ, ਫਿਰ ਦੁਬਾਰਾ ਤੋਂ ਰੋਣਾ ਸ਼ੁਰੂ ਕਰਤਾ। ਫਿਰ ਅਸੀਂ ਇਹਨੂੰ ਆਲੇ ਲਾਇਆ ਕਿ ਚੱਲ ਲੰਗਰ ਦੀ ਸੇਵਾ ਕਰ। ਆਹ ਦੇਖੋ ਅਰੂ, ਤੂੰ ਕੀ ਪਾਇਆ? ਚੂਹਾ। ਅਰੂ, ਗੁਰੀ ਦਾ ਫੋਨ ਆਇਆ ਸੀ, ਗੁਰੀ ਨਾਲ ਗੱਲ ਕੀਤੀ ਸੀ ਅਰੂ ਨੇ? ਨਹੀਂ, ਗੁਰੀ ਨਾਲ ਗੱਲ ਨਹੀਂ ਕੀਤੀ ਅਰੂ ਨੇ। ਗੁਰੀ ਬਿਮਾਰ ਸੀ। ਓ ਪੋਇਮ ਸੁਣਾਈ, ਏ ਬੀ ਸੀ ਸੁਣਾਈ, ਡਬਲ ਡਾਊਨ ਡੀ ਸੁਣਾਈ, ਸੁਣਾਈ ਦਾ ਕਬਰਡ ਕਾਂਟ ਸੀ ਮੀ ਸੁਣਾਈ, ਦਾਦੀ ਦੇ ਮੈਂ ਸਾਨੂੰ ਤੇ ਆਈ ਸਮਝ ਆਉਂਦੀ ਹੈ, ਦਾਦੀ ਦਾ ਫੋਨ ਕਾਂਟ ਸੀ ਮੀ ਸੀ। ਅੱਜ ਇਹਨੇ ਨਾ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੈਂ ਤੁਹਾਨੂੰ ਦਿਖਾਇਆ ਸੀ ਨਾ ਕੇਕ ਖਾ ਰਹੀ ਇਹਨੇ, ਅੱਜ ਇਹਨੇ ਮੈਨੂੰ ਅਰੂ, ਅੱਜ ਤੂੰ ਮੈਨੂੰ ਦਾਦੀ ਨੂੰ ਬਹੁਤ ਤੰਗ ਕੀਤਾ ਨਾ, ਇੱਕ ਮਿੰਟ ਨੀ ਬਹਿਣ ਦਿੱਤਾ ਨਾ। ਅਮਨ ਨੂੰ ਕਦੀ ਕਿਸੇ ਦਿਨ ਬਹੁਤ ਸਤਾਉਂਦੀ ਹੈ, ਪਰ ਇਹਨੇ ਮੇਰੀ ਹੈਲਪ ਵੀ ਕੀਤੀ ਸੀ ਹਨਾ। ਅਰੂ ਮੇਰੀ ਹੈਲਪ ਵੀ ਕੀਤੀ ਸੀ ਨਾ, ਮੈਂ ਸਾਰੇ ਕੱਪੜੇ ਤੈ ਲਗਾਏ, ਅਰੂ ਨੇ ਕੱਪੜੇ ਅੰਦਰ ਰੱਖ ਕੇ ਆਈ ਆਪਣੇ ਹਨਾ, ਸਭ ਦੇ ਰੂਮ ਚ ਰੱਖ ਕੇ ਆਈ ਹਨਾ। ਅਰੂ ਨੇ ਹੈਲਪ ਕੀਤੀ ਸੀ ਮੇਰੀ, ਦਾਦੀ ਕੱਪੜੇ ਤੈ ਲਗਾਈ ਜਾ ਰਹੀ ਸੀ, ਅਰੂ ਰੱਖੀ ਜਾ ਰਹੀ ਸੀ। ਅਰੂ ਹੋਰ ਕਿਹੜੇ ਕੱਪੜੇ ਤੈ ਲਗਾਏ ਸੀ ਅਰੂ ਨੇ? ਕੋਟਿੰਗ ਵਾਲੇ ਕੱਪੜੇ ਤੈ ਲਾਏ ਸੀ ਅਰੂ ਨੇ ਹਨਾ। ਅਰੂ ਐ ਹਰਜੀ ਆਇਆ, ਹਰਜੀ ਕਹਿੰਦਾ ਆਪ ਚਾਈਲਡ ਲੇਬਰ ਕਰਵਾ ਰਹੇ ਹੋ, ਅਰਜੀ ਕਹਿੰਦਾ ਆਪ ਚਾਈਲਡ ਲੇਬਰ ਕਰਵਾ ਰਹੇ ਹੋ, ਛੋਟੇ ਸੇ ਬੱਚੇ ਸੇ ਕਾਮ ਕਰਵਾ ਰਹੇ ਹੋ। ਦਾਦੀ ਨੂੰ ਫਾਈਨ ਲਾ ਰਹੀ ਹੈ, ਹਾਂ ਹੈ, ਜੁਰਮਾਨਾ ਠੋਕ ਦੀ ਦਾਦੀ ਤੇ, ਦਾਦੀ ਨੇ ਤੇਰੇ ਤੋਂ ਕੰਮ ਕਰਾਇਆ? ਨਹੀਂ, ਮੈਂ ਇਹਦੇ ਕੋਲ ਹੈਲਪ ਲਿੱਤੀ ਹੈ, ਮੈਨੂੰ ਤੰਗ ਕਰ ਰਹੀ ਸੀ, ਮੈਂ ਕਿਹਾ ਬੱਚੇ ਤੂੰ ਇਹੀ ਕੰਮ ਕਰ। ਮੈਨੂੰ ਆ ਕਾਂਟੇ ਦੇ, ਮੈਂ ਪਾਣੇ ਆ। ਦੱਸੋ ਕਾਂਟੇ ਕਿੱਥੇ ਪਾਣੇ? ਨਾਕੇ ਚ ਹੈ, ਪੈਰ ਚ? ਲੈ ਲੋ, ਇਹਨਾਂ ਵਾਰ ਆਵਾਜ਼ ਕੱਢੇਗੀ ਪੈਰਾਂ ਚ ਕਾਂਟੇ ਪਾ ਕੇ। ਪੈਰੋਂ ਮੇਂ ਡਾਲਤੇ ਹੈ ਪਾਇਲ, ਕਿਆ ਡਾਲਤੇ ਹੈ? ਪਾਇਲ, ਚੂਹਾ, ਚੂਹਾ। ਚਲੋ ਹੁਣ ਜਸਮੀਤ ਨੂੰ ਮੈਂ ਕਿਹਾ ਜਾ ਕੇ ਡਾਕਟਰ ਕੋਲ ਦਵਾਈ ਲਾਇਆ, ਪਰ ਇਸ ਟਾਈਮ ਡਾਕਟਰ ਕੋਲ ਰਸ਼ ਬਹੁਤ ਹੁੰਦਾ ਹਨਾ।
ਅੱਜ ਅਸੀਂ ਮਲਟੀ ਟੈਲੈਂਟਿਡ ਬਿਸਕਿਟ ਖਾਧੇ ਨੇ, ਇਹਨਾਂ ਨੂੰ ਕੱਲ ਬਿਸਕਿਟ ਲੈਣ ਭੇਜਿਆ, ਇੱਕ ਪੈਕਟ ਨਹੀਂ ਲਿਆਏ ਹੈ, ਇਹ ਸਾਰੇ ਤਰ੍ਹਾਂ ਦੇ ਬਿਸਕਿਟ ਵਰਾਇਟੀਜ਼ ਲੈ ਕੇ ਆ ਗਏ, ਪੰਜ ਤਰ੍ਹਾਂ ਦੇ ਬਿਸਕਿਟ ਲੈ ਕੇ ਆਏ। ਹੁਣ ਅਸੀਂ ਉਹ ਖਾ ਪੀ ਕੇ ਚਾਹ ਪੀ ਕੇ ਹਟੇ ਹਾਂ। ਪਹਿਲੇ ਮੈਂ ਚਾਹ ਬਣਾਈ ਸੀ ਆਪਣੇ ਲਈ, ਉੱਤੇ ਕਬਜ਼ਾ ਕਰ ਲਿਆ ਹੈ ਇਹ ਜਿਹੜੀ ਹੈ ਛੋਟਾ ਜਿਹਾ ਸਾਡੇ ਘਰ ਤੂਫਾਨ ਘੁੰਮ ਰਿਹਾ, ਇਹਨੇ ਮੇਰੀ ਚਾਹ 'ਤੇ ਕਬਜ਼ਾ ਕਰ ਲਿਆ ਹੈ ਨਾ। ਫਿਰ ਇਹਨੇ ਚਾਹ ਪੀ ਲਈ, ਮੈਂ ਰਹਿ ਗਈ, ਫਿਰ ਮੈਂ ਜਸਮੀਤ ਦੇ ਆਈ, ਜਸਮੀਤ ਨੇ ਚਾਹ ਬਣਾਈ, ਫਿਰ ਮੈਂ ਉਹ ਚਾਹ ਪੀਤੀ। ਇਹ ਮੇਰਾ ਘਰ ਤੂਫਾਨ ਹੈਗਾ, ਤੂਫਾਨ ਨਿਕਲ ਜਾ, ਤੂਫਾਨ ਨਿਕਲ ਜਾ, ਤੂਫਾਨ ਨਿਕਲ ਜਾ, ਤੂਫਾਨ ਤੂਫਾਨ। ਆਹ ਦੇਖੋ ਕਿੱਥੇ ਚੜ ਗਿਆ, ਆਹ ਕਿੱਥੇ ਚੜ ਗਿਆ ਤੂਫਾਨ ਮੇਰਾ, ਕਿੱਥੇ ਚੜ ਗਿਆ ਤੂਫਾਨ, ਦੇਖੋ ਦੰਦੀਆਂ ਮਾਰਦੀ, ਦੰਦੀਆਂ 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 ਮਾਰਦੀ ਮੈਨੂੰ, ਆਏ ਖਾਗੀ, ਆਏ ਖਾਗੀ, ਖਾਗੀ ਮਾਰੀ ਚੁੱਕੀ, ਅੱਜ ਸਵੇਰ ਦੀ ਤੀਜੀ ਵਾਰੀ ਹੈ, ਚੱਲੇ ਖੜੀ ਹੋ, ਮੇਰਾ ਮਨ ਕਰ ਕੁਛ ਤੜਕ ਤਾਂ ਬੜਕਦਾ, ਖਾਈਏ, ਭੁੱਖ ਵੀ ਲੱਗੀ ਘਰੇ, ਹਲੇ ਇਹਨਾਂ ਨੇ ਰਾਤ ਦੀ ਰੋਟੀ ਤਿਆਰੀ ਹੋਈ, ਕਿਉਂਕਿ ਸਾਡੇ ਜੀਜਾ ਜੀ ਆ ਰਹੇ ਦਿੱਲੀਓ ਫਰੀਦਾਬਾਦ ਤੋਂ। ਖੋਲੋ ਕੁਛ ਹੋਰ, ਗਿਰਦਾ ਕੁਛ ਹੋਰ। ਲਓ ਜੀ ਫਿਰ ਇੱਥੇ ਮੈਂ ਤੇ ਅਰਨਾਜ ਜਾ ਰਹੇ ਹਾਂ, ਕਿੱਥੇ? ਗੋਲ ਗੱਪੇ ਖਾਣ, ਤੇ ਗੋਲ ਗੱਪੇ ਖਾਣੇ, ਕਿਉਂਕਿ ਮੈਨੂੰ ਗੱਡੀ 'ਚ ਤੇਲ ਵੀ ਪਾਉਣਾ, ਕਿਉਂਕਿ ਇਹ ਗੱਡੀ ਮੈਂ ਤੁਹਾਨੂੰ ਦੱਸਿਆ ਸੀ ਨਾ ਦਿੱਲੀਓ ਜੀਜਾ ਜੀ ਆ ਰਹੇ, ਕਿਉਂ ਆ ਰਹੇ ਜੀਜਾ ਜੀ ਮੇਰੀ ਗੱਡੀ ਲੈ ਕੇ ਜਾ ਰਹੇ ਨੇ, ਕਿਉਂਕਿ ਆਪਣੀ ਜਿਮਨੀ ਜਾ ਰਹੀ ਹੈ ਐਗਜ਼ੀਬਿਸ਼ਨ 'ਤੇ ਦਿੱਲੀ, ਅਤੇ ਉੱਥੇ ਗੱਡੀਆਂ ਦੀ ਐਗਜ਼ੀਬਿਸ਼ਨ ਹੈਗੀ, ਅਤੇ ਸਪੈਸ਼ਲ ਚੱਲੀ ਆਪਣੀ ਜਿਮਨੀ, ਕਿਉਂਕਿ ਆਪਣੀ ਜਿਮਨੀ ਫਸਟ ਟਾਈਮ ਇੰਡੀਆ 'ਚ ਇਹੋ ਜਿਹੀ ਜਿਮਨੀ ਤਿਆਰ ਹੋਈ ਹੈ, ਅਤੇ ਮਾਣ ਵਾਲੀ ਗੱਲ ਹੈ ਬਈ ਆਪਣੇ 'ਤੇ। ਅਤੇ ਮੈਂ ਫਿਰ ਇਹਨੂੰ ਕਿਹਾ, ਮੈਂ ਕਿਹਾ ਚੱਲ ਤੇਲ ਪਹੁੰਚ ਜਾਣਾ, ਉਹ ਕਹਿੰਦੀ ਮੈਂ ਗੋਲ ਗੱਪੇ ਖਾਣੇ, ਮੈਂ ਗੋਲ ਗੱਪੇ ਕਿਆ ਖਾਣੇ, ਗੋਲ ਗੋਲ ਕਿਆ ਹੁੰਦੇ ਆ, ਚੋਲ ਗੱਪੇ ਨਹੀਂ ਹੁੰਦੇ ਬੇਟਾ, ਗੋਲ ਗੱਪੇ ਹੁੰਦੇ ਆ, ਗੋਲ ਗੱਪੇ, ਚੋਲ ਚੱਪੇ। ਓਕੇ ਲੋ ਫਿਰ ਅਸੀਂ ਦੋਨਾਂ ਜਾਣੇ ਨਿਕਲ ਪਏ ਸੀਗੇ, ਤੇ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਗੋਲ ਗੱਪੇ ਲਿੱਤੇ ਨੇ। ਕੀ ਲਿੱਤੇ ਯਾਰ ਰਾਤ ਸੀ, ਗੋਲ ਗੱਪੇ, ਅੱਗੇ ਆ ਜਾ, ਹਲ ਪਿੱਛੇ ਗੋਲ ਗੱਪੇ ਨਹੀਂ ਫਾੜਦੇ, ਅੱਗੇ ਮੂੰਹ ਕਰਕੇ ਬਹਿ ਜਾ, ਨਹੀਂ ਉੱਥੇ ਨੀ ਬੈਠਾ, ਹੁਣ ਘਰ ਆ ਗਿਆ, ਗੋਲ ਗੱਪੇ ਪਕਾਣੇ ਫਟਾਫਟ, ਚੱਪਲ ਪਾ ਲੈ, ਚੱਪਲ ਕਿੱਥੇ ਆ ਯਾਰ, ਬਹੁਤ ਲੂ ਪੀਂਦੀ ਆ, ਇਕੱਲੀ ਇਕੱਲੀ ਆ ਜਾਂਦੀ ਨਾ, ਤਾਂ ਪਾ ਫਿਰ ਚੱਪਲ ਪਾ ਫਟਾਫਟ ਫਟਾਫਟ, ਘਰ ਆ ਗਿਆ। ਮੈਨੂੰ ਪਹਿਲੇ ਗੋਲ ਗੱਪੇ ਦੇ ਕੇ ਉੱਤੇ ਭੇਜੀ ਆ, ਗੋਲ ਗੱਪੇ ਖਾਈ ਆਰਾਮ ਨਾਲ ਜਾ ਕੇ। ਕਿਆ ਹੋ ਬੱਚਾ, ਡਰ ਰਹੇ ਥੇ ਆਪ, ਹੈਂ ਡਰ ਰਹੇ ਥੇ, ਡਰ ਕਿਉਂ ਰਹੇ ਥੇ ਆਪ? ਜਸਮੀਤ ਨੂੰ ਨਾ ਮੈਂ ਅੱਗੋਂ ਹਲਕੀ ਰੇਸ ਦਿੰਦਾ ਸੀ, ਜਸਮੀਤ ਡਰ ਜਾਂਦੀ ਸੀ, ਲੇਕਿਨ ਜਸਮੀਤ ਦੀ ਦਵਾਈ ਲੈਣੀ ਆ, ਮੈਂ ਆਪਣੀ ਰਿਪੋਰਟ ਲੈਣੀ ਆ, ਰਿਪੋਰਟ ਲੈ ਲਵਾਂ, ਅਤੇ ਸੀਟ ਬੈਲਟ ਦੀ ਇੰਡੀਕੇਸ਼ਨ ਆ ਰਿਹਾ, ਲਗਾ ਲਈਏ, ਅਤੇ ਚੱਲੀਏ ਪਹਿਲੇ ਡਾਕਟਰ ਸਾਹਿਬ ਤੋਂ। ਕਿਹਦੇ ਪਰ ਜਾਣਾ, ਇੰਨੀ ਕਰਨ ਔਜਲਾ ਵਾਂਗੂ, ਕਿੱਥੇ ਡਾਕਟਰ ਸਾਹਿਬ, ਕਿਹੜਾ ਕੀ ਡਾਕਟਰ, ਡਾਕਟਰ ਵੈਰੀ, ਚਲੋ ਚੱਲੀਏ ਗਏ। ਲੇਕਿਨ ਇੱਕ ਲੋ ਜੀ ਆ ਚਲੇ ਗਏ, ਲੇਕਿਨ ਇੱਕ ਗੜਬੜ ਹੋ ਗਈ ਆ, ਆਪਾਂ ਨੂੰ ਨਾ ਫਾਸਟ ਟੈਗ ਨਹੀਂ ਲੱਭ ਰਿਹਾ ਗੱਡੀ ਦਾ, ਮੈਂ ਰੋਕਤੇ ਸੀ, ਮੈਂ ਕੱਲ੍ਹ ਜਾਏ ਹੋਣਾ ਗਲੀ ਦੇ ਬਾਹਰ ਰੁਕੇ ਸੀ, ਹੁਣ ਸ਼ਾਇਦ ਨਿਕਲ ਗਏ ਹੋਣੇ,
ਮੈਂ ਕਿਹਾ ਜੀ ਜਾਇਓ ਨਾ ਕਿ ਫਾਸਟ ਹੈ ਕਿ ਪਤਾ ਨਹੀਂ ਮੇਰੇ ਤੋਂ ਕਿੱਦਾਂ ਰੱਖਿਆ ਕਿਉਂਕਿ ਗੱਡੀ ਦੇਖੋ ਅਲੱਗ ਅਲੱਗ ਜਗ੍ਹਾ ਕੰਮ ਹੋਣ ਲਈ ਖੜ੍ਹੀ ਹੁੰਦੀ ਸੀ ਅਤੇ ਇਸ ਕਰਕੇ ਫਾਸਟ ਟੈਗ ਮੇਰੇ ਸਟੇਸ਼ਨ ਮਿਸਪਲੇਸ ਹੋ ਗਿਆ ਕੋਈ ਗੱਲ ਨਹੀਂ ਅੱਜ ਨੂੰ ਬੋਲੇ ਰਸਤੇ 'ਚ ਲਗਵਾ ਦੇਗਾ ਅਤੇ ਤਾਲੇ ਲਗਾਇਆ ਨਾ ਤਾਲੇ ਲਗਾਉਣ ਨਿੱਕ ਹੀ ਨਹੀਂ ਗਿਆ ਸੀ ਮੈਂ ਉਹਨੇ ਬਾਕੀ ਦੇਖ ਲਾਂਗੇ ਕੋਈ ਗੱਲ ਹੀ ਨਹੀਂ ਚਲੋ ਤਾਲਾ ਹੋ ਗਿਆ ਉਹਨੂੰ ਲੋਕ ਕਰ ਦਈਏ ਅਤੇ ਦੂਜੀ ਚੀਜ਼ ਹੁਣ ਦੇਖਦੇ ਹਾਂ ਅਸਰ ਕਿੰਨੇ ਵਜੇ ਪਹੁੰਚਣਗੇ ਬਾਕੀ ਗੱਡੀ ਕਿੱਥੇ ਗਈ ਹੈ ਗੱਡੀ ਨਾ ਇਹ ਮੇਰੀ ਗੱਡੀ ਐਕਚੁਅਲੀ ਐਗਜੀਬਿਸ਼ਨ ਹੈਗੀ ਹੈ ਤੁਹਾਨੂੰ ਮੈਂ ਜਿੱਦਾਂ ਕਿ ਦੱਸਿਆ ਕਿ ਇਹ ਗੱਡੀ ਹੁਣ 15-20 ਦਿਨ ਲਈ 15 ਦਿਨ ਨਹੀਂ ਸੋਰੀ 7-8 ਡੇਜ਼ ਲਈ ਐਗਜੀਬਿਸ਼ਨ 'ਤੇ ਖੜ੍ਹੀ ਹੋਣੀ ਹੈ ਉੱਥੇ ਅਤੇ ਆਪਣੇ ਲਈ ਪ੍ਰਾਊਡ ਵਾਲੀ ਗੱਲ ਹੈ ਕਿ ਮੇਡ ਪ੍ਰੋਡਕਟ ਸਾਡਾ ਸਾਡੀ ਵਰਕਸ਼ਾਪ 'ਚ ਇੱਦਾਂ ਤਿਆਰ ਹੋਇਆ ਹੋਇਆ ਪ੍ਰੋਡਕਟ ਖੜ੍ਹਾ ਹੋਊਗਾ ਜਾ ਕੇ ਇਹੋ ਜਿਹੀ ਜਗ੍ਹਾ ਜਿੱਥੇ ਲੋਕ ਉਹਨੂੰ ਸਪੈਸ਼ਲ ਵੇਖਣ ਆਉਣਗੇ ਲੋਕ ਹੁਣ ਤੱਕ ਰੀਲਾਂ 'ਤੇ ਵੇਖਦੇ ਸੀ ਅੱਜ ਲੋਕ ਉੱਦਾਂ ਹੀ ਵੇਖਣ ਆਉਣਗੇ ਹੁਣ ਹੈ ਨਾ ਅਤੇ ਪ੍ਰਾਊਡ ਹੈ ਸਾਨੂੰ ਉਸ ਚੀਜ਼ 'ਤੇ ਬਾਈ ਅਤੇ ਬਾਕੀ ਦੇਖਦੇ ਹਾਂ ਅਤੇ ਸਾਰੇ ਜਣੇ ਸੌ ਵੀ ਗਏ ਨੇ ਮੈਂ ਭਾਂਡੇ ਟੀਂਡੇ ਥੋੜ੍ਹੇ ਚੱਕਾਂ ਫਟਾਫਟ ਯਾਰ ਕੀ ਹੋਇਆ ਬਾਹਰ ਬਾਹਰ ਕੀ ਹੋਇਆ ਠੰਡ ਹੈ ਕਿੱਦਾਂ ਬਾਹਰ ਨਹੀਂ ਜਾਣਾ ਜਾਣਾ ਕਿੱਦਾਂ ਜਾਣਾ ਕੱਪੜੇ ਪਾ ਕੇ ਕੀ ਬੋਲਣਾ ਹੁਣ ਜਿੱਦਾਂ ਬੋਲ ਰਹੀ ਜੈਕਟ ਪਾ ਕੇ ਜਾਵਾਂ ਇਹ ਤਾਂ ਤੇਰੀ ਹੈ ਨਾ ਅੱਛਾ ਮੈਂ ਆਪਣੀ ਪਾ ਕੇ ਜਾਵਾਂ ਜਸਮੀਤ ਵੀ ਤਿਆਰ ਹੋ ਗਈ ਕੰਮ ਤੇ ਜਾਣ ਨੂੰ ਤੇ ਰਾਤੀ ਵਲੌਗ ਐਂਡ ਨਹੀਂ ਕਰ ਪਾਏ ਸੀਗੇ ਤੇ ਹੁਣ ਬਸ ਕਰਦੇ ਹਾਂ ਚੱਲਦੇ ਹਾਂ ਤੁਹਾਡੇ ਸਾਰਿਆਂ ਸਾਹਿਬ ਨੂੰ ਜਸਮੀਤ ਨੂੰ ਛੱਡਾਂਗੇ ਮੰਮੀ ਇਹਨੂੰ ਵੀ ਤਿਆਰ ਕਰ ਦਿਓ ਟਾਈਮ ਸਿਰ ਲੈ ਗਏ ਕਲੇਰਾ ਪੈ ਰਿਹਾ ਕਲੇਰਾ ਪਾ ਤਾ ਅਤੇ ਆਪਾਂ ਚੱਲੇ ਹਾਂ ਹੁਣ ਜਸਮੀਤ ਤੋਂ ਛੱਡਣ ਆਫਿਸ ਅਤੇ ਅੱਜ ਜਿੱਦਾਂ ਰਾਤੀ ਤੁਹਾਨੂੰ ਦੱਸਿਆ ਥੋੜ੍ਹਾ ਜਿਹਾ ਮੇਰਾ ਉਸ ਤੋਂ ਬਾਅਦ ਮੂਡ ਸਹੀ ਨਹੀਂ ਸੀ ਵਿਚਕਾਰ ਵੀ ਅੱਜ ਜਿੰਮ ਨਹੀਂ ਜਾ ਰਹੀ ਸੀ ਮੇਰੇ ਕੋਲੋਂ ਤਾਂ ਕਰਕੇ ਯਾਰ ਕੀ ਹੁੰਦਾ ਹੀ ਆ ਜਿਹੜੀ ਗੱਡੀ ਨਾ ਜਿਹਦੇ ਨਾਲ ਚੀਜ਼ ਨਾਲ ਜ਼ਿਆਦਾ ਪਿਆਰ ਹੋਵੇ ਥੋੜ੍ਹਾ ਦੂਰ ਹੁੰਦੀ ਹੋਵੇ ਨਾ ਅਤੇ ਵਧੀਆ ਨਹੀਂ ਲੱਗਦਾ ਨਾ ਇਹੀ ਚੀਜ਼ ਆ ਦੇਖੋ ਗੱਡੀ ਮੈਂ ਮੇਰੀ ਲਾਈਫ ਦੇ ਵਿੱਚ ਯਾਰ ਇੱਦਾਂ ਆ ਮੈਨੂੰ ਗੱਡੀਆਂ ਨਾਲ ਬਹੁਤ ਪਿਆਰ ਆ ਹੈ ਨਾ ਜਿੱਦਾਂ ਆਪਣੀ ਫੈਮਿਲੀ ਨਾਲ ਆ ਉੱਦਾਂ ਮੈਨੂੰ ਗੱਡੀਆਂ ਨਾਲ ਬਹੁਤ ਪਿਆਰ ਆ ਮੇਰੀ ਇੱਕ ਗੱਡੀ 'ਤੇ ਕੋਈ ਸਕਰੈਚ ਵੀ ਆ ਜਾਂਦਾ ਮੇਰਾ ਮਨ ਕਰਦਾ ਮੈਂ ਉਸੇ ਟਾਈਮ ਉਹਨੂੰ ਪੇਂਟ ਕਰਾਵਾਂ ਉਸੇ ਟਾਈਮ ਉਹ ਠੀਕ ਚਾਹੀਦੀ ਮੈਨੂੰ ਨਹੀਂ ਪਤਾ ਜਿੱਦਾਂ ਮਰਜ਼ੀ ਹੋਵੇ ਅਤੇ ਸੱਚੇ ਵਿੱਚ ਐਵੇਂ ਮੈਂ ਅੱਜ ਤੋਂ 4-5 ਸਾਲ ਪਹਿਲਾਂ ਆਪਣੀ ਸਕੂਟੀ ਦੇ ਵਿੱਚ ਮੰਮੀ ਕੋਲੋਂ ਮੇਰੇ ਬੂਹਾ ਖੋਲਿਆ ਮੰਮੀ ਦਾ ਸਕਰੈਚ ਪੈ ਗਿਆ ਸਕੂਟੀ 1 ਸਾਲ ਪੁਰਾਣੀ ਸੀ ਲੇਕਿਨ ਉਹ ਲੱਗਦੀ ਕੋਈ ਵੀ ਕਹਿੰਦਾ ਕਹਿੰਦਾ ਜੀ ਅੱਜ ਹੀ ਸ਼ੋਰੂਮ 'ਚ ਕਢਾਈ ਆ ਮੈਂ ਉਸੇ ਟਾਈਮ ਜਾ ਕੇ ਦੁਬਾਰਾ ਉਹ ਪੈਨਲ ਕੀ ਮੈਂ ਅੱਧੀ ਸਕੂਟੀ ਰੰਗਾਤੀ ਸੀ ਵਾਪਸ ਕਿ ਮੈਨੂੰ ਨਹੀਂ ਪਤਾ ਮੈਨੂੰ ਸਕਰੈਚ ਗੈਪ ਚਾਹੀਦਾ ਅਤੇ ਬਹੁਤ ਸੋਹਣੀ ਇੱਦਾਂ ਹੀ ਮੈਨੂੰ ਨਾ ਮਤਲਬ ਸ਼ੁਰੂ ਤੋਂ ਹੀ ਆਦਤ ਹੈ ਕਿ ਮੈਨੂੰ ਗੱਡੀਆਂ ਚਾਹੀਦੀਆਂ ਵਧੀਆ ਹੈ ਨਾ ਪਿਆਰ ਹੋਵੇ ਗੱਡੀ ਬੇਸ਼ੱਕ ਉਹ ਮਰੂਤੀ 800 ਹੀ ਹੋਵੇ ਹੈ ਨਾ ਲੇਕਿਨ ਉਹ ਸਾਫ਼ ਹੋਵੇ ਅਤੇ ਇੱਦਾਂ ਹੀ ਹੈ ਇਸ ਕਰਕੇ ਗੱਡੀਆਂ ਨਾਲ ਪਿਆਰ ਹੈ ਅਤੇ ਬਾਕੀ ਹੁਣ ਜਸਮੀਦਾਰੀ ਆ ਲੈ ਕੇ ਜਾਵਾਂਗੇ ਅਤੇ ਇਸ ਕਰਕੇ ਥੋੜ੍ਹਾ ਜਿਹਾ ਮੂਡ ਮੇਰਾ ਰਾਤੀ ਵੀ ਸਹੀ ਨਹੀਂ ਸੀ ਕਿ ਜਿੰਮ ਨਹੀਂ ਜਾ ਰਹੀ ਹੈ ਹੈ ਨਾ ਅਤੇ ਕੋਈ ਗੱਲ ਨਹੀਂ ਜੇ ਜਾਏਗੀ ਤਾਂ ਵੀ ਤਾਂ ਆਏਗੀ ਐਵੇਂ ਵੀ ਹੁੰਦਾ ਕੋਈ ਗੱਲ ਨਹੀਂ ਹੁਣ ਆਪਾਂ ਵੇਟ ਕਰ ਰਹੇ ਜਸਮੀਤ ਕੌਰ ਨੂੰ ਛੱਡ ਕੇ ਆਈਏ ਆ ਕੇ ਨਾਸ਼ਤਾ ਪਾਣੀ ਕਰੀਏ ਅਤੇ ਕੰਮ ਕਾਰ ਕਰੀਏ ਅਤੇ ਤੁਹਾਨੂੰ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਹੈ ਇਸੇ ਵਲੋਗ ਦੇ ਵਿੱਚ ਵਾਪਸ ਕਰ ਰਿਹਾ ਅਗਲਾ ਵਲੋਗ ਫਿਰ ਜਦੋਂ ਹੁਣ ਸਟਾਰਟਅਪ ਕਰਾਂਗੇ ਉਦੋਂ ਫਿਰ ਕਰ ਲਾਂਗੇ ਠੀਕ ਹੈ ਨਾ ਜਸਮੀਤ ਕੌਰ ਜੀ ਆ ਗਈ ਥੱਲੇ ਕਹਿ ਰਹੀ ਅੱਗੇ ਕਰੋ ਅੱਗੇ ਪਹਿਲੇ ਇਹਨੂੰ ਬਿਠਾਈਏ ਅਤੇ ਇਹਨੂੰ ਛੱਡ ਕੇ ਆਈਏ
ਬਾਈ ਹੁਣ ਤੁਸੀਂ ਸਾਰੇ ਤੇ ਦੇਖਦੇ ਦਮ ਕਿੰਨਾ। ਜਸਮੀਤ ਕੌਰ ਲਈ ਸਾਰੇ ਕਲਿਖੋ ਕਮਬੈਕ, ਜਸਮੀਤ ਫਟਾਫਟ ਆ ਕੇ ਆਪਣਾ ਵਲੌਗ ਵਾਪਸ ਕੰਟੀਨਿਊ ਕਰੋ ਅਤੇ ਦੇਖਦੇ ਤੁਸੀਂ ਸਾਰੇ ਜਣੇ ਦੀ ਕਹਿਣ 'ਤੇ ਰਾਤੀ ਮੰਮੀ ਨੂੰ ਮੈਨੂੰ ਬੜਾ ਸਮਝਾਇਆ, ਦੇਖੋ ਹੁਣ ਕੀ ਚੀਜ਼ ਹੁੰਦੀ ਕੀ ਚੀਜ਼ ਨਹੀਂ ਹੁੰਦੀ। ਫਟਾਫਟ ਜਾ ਕੇ ਸਾਰੇ ਜਣੇ ਚੈੱਕ ਜ਼ਰੂਰ ਕਰਿਓ ਅਤੇ ਬੋਲਿਓ ਜ਼ਰੂਰ ਸਾਰੇ ਜਣੇ, ਇੰਸਟਾਗ੍ਰਾਮ ਭਰ ਦਿਉ ਉਹਨੂੰ ਮੈਸੇਜ ਕਰਕੇ, ਤੁਸੀਂ ਸਾਰੇ ਜਣੇ ਬਸ ਫਟਾਫਟ ਸਪੋਰਟ ਦਿਖਾਓ, ਜਸਮੀਤ ਕਮਬੈਕ ਕਰਾਓ, ਕਿਉਂਕਿ ਦੇਖੋ ਯਾਰ ਮੈਂ ਵੀ ਕੰਮ 'ਤੇ ਬਿਜ਼ੀ ਹੋ ਜਾਂਦਾ ਅਤੇ ਵਲੌਗ ਥੋੜ੍ਹਾ ਜਿਹਾ ਹੁੰਦਾ ਲੇਟ, ਅਤੇ ਉਹਦੇ ਲਈ ਮੇਰੇ ਵੱਲੋਂ ਸੱਚੀ ਸੋਰੀ ਆ। ਨਾਲੇ ਤੁਹਾਨੂੰ ਸਾਰਿਆਂ ਨੂੰ ਪੂਰੀ ਫੈਮਿਲੀ ਦਾ ਦੇਖਣ ਦਾ ਮਜ਼ਾ ਹੀ ਕੁਛ ਹੋਰ ਹੁੰਦਾ, ਕਿਉਂਕਿ ਆਪਾਂ ਵੀ ਵਲੌਗ ਵੇਖਦੇ ਹਾਂ ਸ਼ਾਮ ਨੂੰ ਬਹਿ ਕੇ ਅਤੇ ਕੁਛ ਅਧੂਰਾ ਅਧੂਰਾ ਪਣ ਲੱਗਦਾ ਉਹ ਚੀਜ਼ ਲਈ। ਤੁਸੀਂ ਸਾਰੇ ਜਣੇ ਪਲੀਜ਼ ਸਾਰੇ ਕਮਬੈਕ ਜ਼ਰੂਰ ਲਿਖੋ ਅਤੇ ਫਟਾਫਟ ਜਾ ਕੇ ਚੈਨਲ ਸਬਸਕ੍ਰਾਈਬ ਕਰਨਾ ਅਤੇ ਜਸਮੀਤ ਨੂੰ ਸਾਰੇ ਜਣੇ ਕਮਬੈਕ ਲਿਆਓ ਫਟਾਫਟ ਵਲੌਗ 'ਚ। ਥੈਂਕ ਯੂ, ਫਿਰ ਮਿਲਦੇ ਹਾਂ ਟੈਲ ਐਂਡ ਬਾਏ ਨੈਕਸਟ ਵਲੌਗ 'ਚ।